ਸ਼ਹਿਰ ਦੀ ਦਿਹਾਤ ਦੀ ਸਭ ਦੀ ਆਵਾਜ਼ ਸੀ, ਉਹ ਆਵਾਜ਼ ਅਸੀਂ ਬੁਲੰਦ ਕਰਨ ਕਾਰਪੋਰੇਸ਼ਨ ਦਫ਼ਤਰ ਗਏ। ਅੱਜ ਅਸੀਂ ਹੁਣ ਸਾਰੀ ਸੀਨੀਅਰ ਲੀਡਰਸ਼ਿਪ, ਸਾਡੇ ਜਿਹੜੇ ਸੀਨੀਅਰ ਲੀਡਰ ਨੇ ਸਾਰੇ ਅਤੇ ਸਾਡੇ ਵਰਕਰ ਨੇ ਜਿਹੜੇ, ਉਹਨਾਂ ਨੂੰ ਅਸੀਂ ਅੱਜ ਸੱਦਾ ਦਿੱਤਾ, ਕਿਉਂਕਿ ਉਹਨਾਂ ਦੇ ਵਿੱਚ ਬੜੀ ਬੇਚੈਨੀ ਸੀ ਵੀ ਕਿਉਂ ਇਹ ਤਾਨਾਸ਼ਾਹੀ ਰਵੱਈਆ ਸਰਕਾਰ ਨੇ ਅਖਤਿਆਰ ਕੀਤਾ। ਅਤੇ ਉਹਦੇ ਲਈ ਇੱਕ ਤਾਂ ਸਰਕਾਰ, ਇੱਕ ਅਫਸਰ, ਇਹ ਸਾਰੀ ਸੀਨੀਅਰ ਲੀਡਰਸ਼ਿਪ ਜੋ ਸਾਨੂੰ ਅੱਜ ਲਾਈਨ ਦਊਗੀ, ਜੋ ਸਾਨੂੰ ਅਗਲਾ ਹੁਕਮ ਦੇਣਗੇ, ਉਹਦੇ ਲਈ ਅਸੀਂ ਪਾਬੰਦ ਹਾਂ। ਸਾਰੇ ਲੀਡਰਸ਼ਿਪ ਆ ਰਹੀ ਆ ਅਤੇ ਤੁਹਾਨੂੰ ਬੇਨਤੀ ਕਰਾਂਗੇ ਵੀ ਥੋੜ੍ਹਾ ਚਿਰ ਸੁਣ ਕੇ ਗੱਲਬਾਤ ਸਾਰਿਆਂ ਦੀ, ਜੋ ਲੀਡਰਸ਼ਿਪ ਹੁਕਮ ਕਰੇਗੀ ਉਹ ਇੰਨ ਬਿੰਨ ਉਹ ਲਾਗੂ ਹੋਊਗਾ। ਤੁਸੀਂ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ, ਤੁਸੀਂ ਸਾਡਾ ਚੌਥਾ ਸਤੰਭ ਹੋ, ਤੁਸੀਂ ਸਾਨੂੰ ਇਕੱਲੇ ਇਕੱਲੇ ਘਰ 'ਚ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੂੰ ਅਸੀਂ ਜਦੋਂ ਐਜੂਟੇਸ਼ਨ ਕਰ ਰਹੇ ਸੀ ਉਹਨੂੰ ਤੁਸੀਂ ਦਿਖਾਇਆ, ਤੁਹਾਡਾ ਵੀ ਬਹੁਤ ਬਹੁਤ ਜਿਹੜਾ ਉਹ ਧੰਨਵਾਦੀ ਹਾਂ। ਅਤੇ ਸਾਰੀ ਸਾਡੀ ਲੀਡਰਸ਼ਿਪ ਪਹੁੰਚ ਰਹੀ ਆ, ਕੁਛ ਪਹੁੰਚ ਗਏ ਨੇ ਅਤੇ ਕੁਛ ਦੀ ਅਸੀਂ ਵੇਟ ਕਰ ਰਹੇ ਹਾਂ। ਅਤੇ ਤੁਹਾਨੂੰ ਵੀ ਬੇਨਤੀ ਕਰਾਂਗੇ ਵੀ ਆਰਾਮ ਨਾਲ ਉਨਾ ਚਿਰ ਤੁਸੀਂ ਬਰਾਜੋ, ਅਤੇ ਇਕੱਲੀ ਇਕੱਲੀ ਗੱਲ ਜਿਹੜੀ ਸਾਨੂੰ ਹੁਕਮ ਹੋਏਗਾ, ਅਗਲਾ ਐਜੂਟੇਸ਼ਨ ਹੋਏਗਾ, ਅਗਲਾ ਧਰਨਾ ਹੋਏਗਾ, ਅਗਲੇ ਤਾਲੇ ਲੱਗਣਗੇ, ਅਫਸਰਾਂ ਦੇ ਘਰਾਓ ਹੋਣਗੇ, ਕੀ ਹੋਣਗੇ, ਉਹ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਪਣੇ ਖਿਆਲ ਆ ਆਪਣੇ ਵਿਊ ਆ ਰੱਖਣਗੇ। ਅਸੀਂ ਤਾਂ ਹੁਣ ਦੇਖੋ ਘੜਾ ਭਰ ਗਿਆ, ਅਸੀਂ ਬੜਾ ਚਿਰ ਚੁੱਪ 2 ਸਾਲ ਬੈਠੇ ਵੀ ਕੋਈ ਨਹੀਂ, ਅੱਜ ਕਰ ਲਓ, ਅੱਜ ਕਰ ਲਓ, ਅੱਜ ਕਰ ਲਓ, ਨਸ਼ਾ ਵੱਧਦਾ ਗਿਆ। ਅੱਜ ਸਵੇਰੇ ਵੀ ਤੁਹਾਡੀਆਂ ਖਬਰਾਂ, ਅੱਜ ਸ਼ੂਟ ਆਊਟ ਫਿਰ ਹੋ ਚੁੱਕਿਆ ਹੈ, ਸਵੇਰੇ ਫਿਰ ਬੰਦਾ ਮਰ ਚੁੱਕਿਆ ਹੈ। ਰੋਜ਼ ਸਵੇਰੇ ਉੱਠਦਿਆਂ ਨੂੰ ਹੀ ਗੈਂਗਸਟਰ ਗੋਲੀਆਂ ਚਲਾ ਦਿੰਦੇ ਆ। ਉਹ ਕਿਸਾਨਾਂ ਦਾ ਹਾਲ ਆਪਾਂ ਦੇਖਿਆ ਹੀ ਆ, 0 FIR, ਇਹ ਕਿਹੜੀ 0 FIR ਹੁੰਦੀ ਹੈ, ਕਦੇ ਦੇਖੀ ਹੈ 0 FIR? 0 ਸਰਕਾਰ, 0 ਪਾਰਟੀ ਅਤੇ 0 FIR, ਇਹ ਹੈ ਹੀ 0। ਅਤੇ ਦੂਜੀ ਗੱਲ ਆ, ਇਲੈਕਸ਼ਨਾਂ 'ਚ ਜਿਹੜੇ ਵੀ 9 ਦੇ 9 ਉਦੋਂ ਇੱਕ ਬਦਲਾਅ 'ਤੇ ਲੋਕਾਂ ਨੇ ਵੋਟ ਪਾ ਦਿੱਤੀ, ਭਾਈ ਜੇ ਤੁਸੀਂ ਜਿਹਨੇ ਵੀ ਕੰਮ ਕੀਤੇ ਆ, ਜਿਹੜਾ ਕਹਿੰਦਾ ਕੰਮ ਕੀਤਾ ਉਹ ਦਵੇ ਅਸਤੀਫਾ MLA ਤੋਂ, ਲੜੇ ਇਲੈਕਸ਼ਨ ਪਾਰਲੀਮੈਂਟ ਦੀ, ਜਿਹਦੇ 'ਚ ਜ਼ਿਆਦਾ ਜੇ ਵਿਸ਼ਵਾਸ ਆ ਲੋਕਾਂ ਦੇ ਕੰਮਾਂ 'ਤੇ, ਜਿਹੜੇ ਕੰਮ ਕੀਤੇ ਆ, ਆਟਾ ਦਾਲ ਲੋਕਾਂ ਦੇ ਕਾਰਡ ਕੱਟੇ ਆ, ਲੋਕਾਂ ਦੇ 95 ਕੌਂਸਲਾਂ ਦੀਆਂ ਮੋਹਰਾਂ ਖੋਹ ਕੇ ਰੱਖੀਆਂ ਆਪਣੇ ਦਰਾਜਾਂ 'ਚ, ਹਰ ਰੋਜ਼ ਤਾਲੇ ਲੱਗ ਰਹੇ ਆ ਦੁਕਾਨਾਂ ਦੇ, ਉਹ ਕਰਾਂਗੇ ਗੱਲ ਅੱਜ। ਅੱਜ ਇਹ ਵੀ ਫੈਸਲਾ ਹੋਊਗਾ ਵੀ ਜਿਹੜਾ ਦੂਜੇ ਤਾਲੇ, ਕੌਣ ਸਰਕਾਰ ਦੀਆਂ ਸੀਲਾਂ ਜਿਹੜਾ ਤੋੜਦੇ ਆ MLA, ਉਹਨਾਂ 'ਤੇ ਕਿਉਂ ਨਾ ਕਾਰਵਾਈ, ਉਹਨਾਂ ਦੀ ਗੱਲ ਕਰਾਂਗੇ। ਇਸ ਕਰਕੇ ਪਰ ਜੇ ਫਿਰ ਵੀ ਕਿਸੇ ਨੂੰ ਬਹੁਤ ਵੱਡਾ ਚਾਅ ਏ, ਉਹ ਜਦ ਮਰਜ਼ੀ ਆ ਕੇ MLA ਦੀ ਸਥਿਤੀ ਤੋਂ ਅਸਤੀਫਾ ਦੇਵੇ, ਅਤੇ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ, ਜਦੋਂ ਆਊਗੀ ਕਾਗਜ਼ ਭਰੇ ਨਿਕਲ ਜੂ ਭੁਲੇਖਾ ਜਿਹੜਾ ਵੀ ਹੈ, ਅਤੇ ਲੋਕ ਫੈਸਲਾ ਕਰ ਦੇਣਗੇ ਵੀ ਕਿੰਨੇ ਕੁ ਪਾਣੀ 'ਚ ਨੇ। ਸਰ ਓਪਨ ਚੈਲੇਂਜ ਹੈ ਵਿਧਾਇਕਾਂ ਨੂੰ, ਜਿਹੜੇ ਕਿ ਲਗਾਤਾਰ ਕਾਂਗਰਸ ਪਾਰਟੀ 'ਤੇ, ਮੈਂ ਤਾਂ ਕਿਹਾ ਸਭ ਨੂੰ ਚੈਲੇਂਜ ਦੀ ਗੱਲ ਨਹੀਂ ਹੁੰਦੀ, ਲੋਕਾਂ ਦੇ ਇਹ ਤਾਂ ਲੋਕਾਂ ਦੇ ਕਚਹਿਰੀ ਆ, ਲੋਕ ਕਰਨਗੇ ਫੈਸਲਾ, ਮੇਰੇ ਚੈਲੇਂਜ ਨਾਲ ਕੁਛ ਨਹੀਂ ਹੋਣਾ। ਪਰ ਹਾਂ, ਮੈਦਾਨ 'ਚ ਮੈਂ ਕਹਿ ਰਿਹਾ, ਆ ਜਾਓ, ਜਿਹਨੂੰ ਜਿੰਨੀ ਕੁ ਕਿਸੇ ਦੇ ਜਿੰਨਾ ਕੁ ਜ਼ਿਆਦਾ ਕਿਸੇ ਨੂੰ ਕੋਈ ਗਲਤ ਫਹਿਮੀ ਆ, ਜਿੰਨਾ ਕੋਈ ਜ਼ਿਆਦਾ ਕਿਸੇ ਨੂੰ ਭੁਲੇਖਾ, ਉਹ ਭੁਲੇਖਾ ਕੱਢ ਲਵੇ। ਰੋਜ਼ ਬੋਲਦੇ ਆ ਮੀਡੀਆ 'ਤੇ, ਬੜੀਆਂ ਬੜੀਆਂ ਗੱਲਾਂ ਕਰਦੇ ਆ, ਮੈਂ ਤਾਂ ਸਿੱਧਾ ਕਹਿੰਦਾ ਸਾਡੀ ਸਾਰੀ ਲੀਡਰਸ਼ਿਪ ਵੱਲੋਂ, ਜਿਹੜਾ MLA ਚਾਹੁੰਦਾ ਉਹ ਆਪਣਾ ਅਸਤੀਫਾ ਦੇ ਕੇ MP ਦੀਆਂ ਇਲੈਕਸ਼ਨਾਂ ਲੜੇ,
ਮੁਕਾਬਲਾ ਕਰੇ ਤੇ ਲੱਗ ਜੂ ਪਤਾ ਕੀ ਭਾਵਿਕ ਦੀ ਹੈ। ਮੇਨ ਮੁੱਦਾ ਤੁਹਾਡੇ ਮੂਹਰੇ ਸਾਰੇ ਲੀਡਰਸ਼ਿਪ ਨੂੰ ਅਗਲਾ ਫੈਸਲਾ ਜਿਹੜਾ ਸਾਡੇ ਸਾਰਿਆਂ 'ਤੇ, ਕਿਉਂਕਿ ਸਾਡੇ 9 ਨੇ ਬਾਕੀਆਂ 'ਤੇ 50-60 ਦੇ 9, ਇਹ ਇੱਕ ਤਾਂ ਜਿਹੜੇ ਸੈਂਕੜਾ ਬੰਦਾ ਉਹ ਕਹਿੰਦਾ ਜੀ 50-60 'ਤੇ ਕਿਉਂ, ਸਾਡੇ 'ਤੇ ਪਰਚੇ ਕਿਉਂ ਨਹੀਂ। ਸਾਰੇ 2-3 ਹਜ਼ਾਰ ਬੰਦਾ ਇਹ ਕਹਿ ਰਿਹਾ ਵੀ ਪਰਚਾ ਕਰਨਾ ਸਾਰਿਆਂ 'ਤੇ ਕਰੋ, ਸਾਰੇ ਗ੍ਰਿਫਤਾਰੀ ਦੇਵਾਂਗੇ। ਅਤੇ ਪਰ ਉਹਦੇ ਲਈ ਸੀਨੀਅਰ ਲੀਡਰਸ਼ਿਪ ਜੋ ਹੁਕਮ ਕਰੇਗੀ ਉਸ ਲਈ ਅੱਜ ਇਹ ਮੀਟਿੰਗ ਸੱਦੀ ਆ, ਅਤੇ ਤੁਸੀਂ 5-10 ਮਿੰਟ ਸਾਨੂੰ ਜ਼ਰੂਰ ਦੇ ਦਿਓ, ਉਦੋਂ ਬਾਅਦ ਤੁਹਾਡੇ ਰੂਬਰੂ ਸਾਰੇ ਹੋਵਾਂਗੇ। ਫਿਰ ਜੇ ਆਪ ਹੀ ਅਸੀਂ ਗੱਲ ਕਰਨੀ ਹੈ ਕੋਈ ਉਹਦਾ ਕੀ ਫਾਇਦਾ ਫਿਰ ਸੱਦਣ ਦਾ ਮੀਟਿੰਗ, ਜੋ ਇਹ ਫੈਸਲਾ ਕਰਨਾ।